ਅੱਜ ਕਿਸਾਨ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ। ਕਾਰਨ ਉਹੀ ਹੈ ਕਿ ਜਿਹੜੇ ਸ਼ੰਭੂ ਬਾਰਡਰ ਦੇ ਪਿਛਲੇ ਦਿਨਾਂ ਦੇ ਵਿੱਚ ਚਾਹੇ ਖਨੌਰੀ ਬਾਰਡਰ ਤੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਜੱਦੋਜਹਿਦ ਕਰ ਰਹੇ ਸੀ ਔਰ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਕਿਸਾਨਾਂ ਦੀ ਮੌਤ ਵੀ ਹੋਈ ਔਰ ਕਈ ਕਿਸਾਨ ਜ਼ਖਮੀ ਹੋਏ। ਉਸੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅਤੇ ਦੇਸ਼ ਭਰ ਦੇ ਕਈ ਸੂਬਿਆਂ ਦੇ ਵਿੱਚ ਬੜੇ ਸ਼ਾਂਤੀਮਈ ਢੰਗ ਦੇ ਨਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ, ਭਾਵ ਕਿ ਟਰੈਕਟਰ ਹਾਈਵੇ ਤੇ ਖੜੇ ਕਰਕੇ ਇੱਕ ਪਾਸੇ ਰੋਸ ਜਤਾਇਆ ਜਾਏਗਾ ਕੇਂਦਰ ਸਰਕਾਰ ਦੇ ਖਿਲਾਫ। ਪਹਿਲੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਾ, ਇਹ ਪੂਰੀ ਤਰ੍ਹਾਂ ਲੁਧਿਆਣਾ ਦੇ ਕੁਹਾੜਾ ਚੌਕ ਦੇ ਵਿੱਚ ਜਿਹੜਾ ਚੰਡੀਗੜ੍ਹ ਹਾਈਵੇ ਹੈ ਉੱਥੇ ਜਿੰਨੀਆਂ ਵੀ ਟਰਾਲੀਆਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਆਗੂ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਹਾਈਵੇ ਦੇ ਉੱਤੇ ਔਰ ਥੋੜ੍ਹੀ ਦੇਰ ਬਾਅਦ ਇਹ ਟਰਾਲੀਆਂ ਸਮਰਾਲਾ ਵੱਲ ਚੱਲਣਗੀਆਂ ਔਰ ਪੂਰੀ ਤਰ੍ਹਾਂ ਇਹ ਜਿਹੜਾ ਟਰੈਕਟਰ ਮਾਰਚ ਹੈ ਤੁਸੀਂ ਦੇਖ ਰਹੇ ਹੋ ਕਿ ਹਾਈਵੇ ਦੇ ਉੱਤੇ ਕਿਸਾਨ ਆਗੂ ਟਰੈਕਟਰ ਲੈ ਕੇ ਜਾ ਰਹੇ ਨੇ। ਤਕਰੀਬਨ ਚੰਡੀਗੜ੍ਹ ਹਾਈਵੇ ਤੇ ਇਸੇ ਤੇ ਜਿੱਥੇ ਅਸੀਂ ਖੜੇ ਹਾਂ 100 ਤੋਂ ਉੱਪਰ ਟਰੈਕਟਰ ਇਸ ਵੇਲੇ ਆ ਚੁੱਕਿਆ ਔਰ ਹੋਰ ਵੀ ਆਗੂ ਇੱਥੇ ਆ ਰਹੇ ਨੇ। ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਹੜੇ ਪ੍ਰਧਾਨ ਹੈ ਹਰਿੰਦਰ ਸਿੰਘ ਲੱਖੋਵਾਲ, ਉਹ ਮੇਰੇ ਨਾਲ ਮੌਜੂਦ ਹੈ ਔਰ ਟਰੈਕਟਰ ਤੇ ਹੀ ਬੈਠੇ ਨੇ। ਇਹ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੀ ਤਾਂ ਕਿਸਾਨ ਟਰੈਕਟਰ ਮਾਰਚ ਦੇ ਜ਼ਰੀਏ ਹੀ ਦਿੱਲੀ ਦੀ ਬਰੂਹਾਂ ਤੇ ਪਹੁੰਚੇ ਸੀ। ਅੱਜ ਫਿਰ ਤੁਸੀਂ ਟਰੈਕਟਰਾਂ ਤੇ ਨਜ਼ਰ ਆ ਰਹੇ ਹੋ ਔਰ ਰੋਸ ਵੀ ਜਤਾ ਰਹੇ ਹੋ ਕਿ ਮੰਗਾਂ ਕੀ ਨੇ। ਅੱਜ ਜਿਹੜੇ ਟਰੈਕਟਰ ਆ ਇਹ ਹਾਈਵੇ ਦੇ ਉੱਤੇ ਖੜੇ ਕਰੋਗੇ ਕਿ ਮਾਰਚ ਕਰਦੇ ਅੱਗੇ ਤੱਕ ਨਿਕਲੋਗੇ? ਨਹੀਂ, ਅਸੀਂ ਸਾਰੇ ਸ਼ਹਿਰਾਂ 'ਚ ਜਿਵੇਂ ਕੁਹਾੜੇ ਅਸੀਂ 100-150 ਟਰੈਕਟਰ ਇੱਥੇ ਖੜਾ ਕਰਾਂਗੇ, ਇਸ ਤਰ੍ਹਾਂ ਹੀ ਅੱਗੇ ਸਮਰਾਲੇ ਸਾਡਾ 200 ਟਰੈਕਟਰ ਖੜਾ ਹੋਊ, ਇਸ ਤਰ੍ਹਾਂ ਹੀ ਅੱਗੇ ਖਮਾਣੋ 200 ਟਰੈਕਟਰ ਖੜਾ ਹੋਊ, ਇਸ ਤਰ੍ਹਾਂ ਮਰਿੰਡੇ ਖੜਾ ਹੋਊ, ਖਰੜ ਖੜਾ ਹੋਊ, ਗੁਰਦੁਆਰਾ ਸੋਹਾਣਾ ਸਾਹਿਬ ਕੋਲ ਖੜਾ ਹੋਊ, ਜੀਰਕਪੁਰ, ਮੈਂ ਮੋਹਾਲੀ ਤੱਕ ਜਾਊਂਗਾ ਇੱਥੋਂ, ਸਾਰਿਆਂ ਲੋਕਾਂ ਨੂੰ ਮਿਲਦਾ ਤੇ ਸਾਰੇ ਇਹ ਇਕੱਲੀ ਸੜਕ ਨਹੀਂ, ਸਾਰੀਆਂ ਸੜਕਾਂ ਤੇ ਇਸ ਤਰ੍ਹਾਂ ਸਾਰੇ ਪੰਜਾਬ ਤੇ ਸਾਰੇ ਦੇਸ਼ ਦੇ ਵਿੱਚ ਲੱਖਾਂ ਟਰੈਕਟਰ ਜਿਹੜਾ ਅੱਜ ਅਸੀਂ ਰੋਸ ਵਜੋਂ ਸੜਕਾਂ ਤੇ ਖੜਾ ਕਰਾਂਗੇ। ਕੀ ਰੋਸ ਆ ਸਾਡਾ? ਅੱਜ ਇੱਕ WTO ਦੀ ਮੀਟਿੰਗ ਹੋ ਰਹੀ ਆ ਅਬੂ ਧਾਬੀ ਦੇ ਵਿੱਚ 26-27-28 ਨੂੰ, ਜਿਹੜੀਆਂ ਸਾਡੀਆਂ ਸਬਸਿਡੀਆਂ ਬੰਦ ਕਰਨ ਲਈ ਉਹ ਕਹਿੰਦੇ ਆ ਵੀ ਕਿਸਾਨਾਂ ਨੂੰ ਸਬਸਿਡੀ ਨਾ ਦਿਓ, ਖਾਦਾਂ ਤੇ ਸਬਸਿਡੀ ਨਾ ਦਿਓ, ਕਿਉਂਕਿ ਬਾਕੀ ਜਿਹੜੇ ਵੱਡੇ ਮੁਲਕ ਨੇ ਭਾਵੇਂ ਅਮਰੀਕਾ, ਕੈਨੇਡਾ, ਵੱਡੀਆਂ ਸਬਸਿਡੀਆਂ, ਡੀਜ਼ਲ ਤੇ ਸਬਸਿਡੀ ਮਿਲਦੀ ਆ, ਖਾਦਾਂ ਤੇ ਵੱਡੀਆਂ ਸਬਸਿਡੀਆਂ ਮਿਲਦੀਆਂ, ਜੇ ਕਿਤੇ ਘਾਟਾ ਪੈ ਜਾਂਦਾ, ਕੋਈ ਫਸਲ ਨੁਕਸਾਨੀ ਜਾਂਦੀ ਆ ਤਾਂ ਉਹ ਸਰਕਾਰਾਂ ਦਾ ਕਿਸਾਨਾਂ ਦਾ ਪੂਰਾ ਸਾਥ ਦਿੰਦੀਆਂ ਨੇ, ਪਰ ਇੱਥੇ ਬੜੀ ਤੁਛ ਜੀ ਸਬਸਿਡੀ ਆ ਤੇ ਉਹ ਦੇਸ਼ ਜਿਹੜੇ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਾਡੀਆਂ ਸਾਰੀਆਂ ਸਬਸਿਡੀਆਂ ਬੰਦ ਕਰਾਉਣ ਤੇ ਤੁਲੇ ਹੋਏ ਨੇ। ਉਹਦੀ ਮੀਟਿੰਗ ਉੱਥੇ ਹੋ ਰਹੀ ਆ। ਅੱਜ ਤੋਂ 30 ਸਾਲ ਪਹਿਲਾਂ ਵੀ ਅਸੀਂ WTO ਦਾ ਵਿਰੋਧ ਕੀਤਾ ਸੀ, ਬਾਹਰਲੇ ਦੇਸ਼ਾਂ 'ਚ ਜਾ ਕੇ 250 ਬੰਦਾ ਲੈ ਕੇ ਗਏ ਸੀ ਅਸੀਂ ਫਰਾਂਸ ਦੇ ਵਿੱਚ, ਇੱਥੋਂ ਉੱਥੇ ਮੁਜ਼ਾਹਰੇ ਕੀਤੇ ਸੀ ਵੀ ਇਹ ਸਬਸਿਡੀਆਂ ਸਾਡੀਆਂ ਐਵੇਂ ਚਾਲੂ ਰਹਿਣੀਆਂ ਚਾਹੀਦੀਆਂ ਨੇ, ਸਾਨੂੰ ਡੀਜ਼ਲ ਤੇ ਵੀ ਸਬਸਿਡੀ ਮਿਲਣੀ ਚਾਹੀਦੀ ਆ। ਉਹਦੀ ਮੀਟਿੰਗ ਦੇ ਖਿਲਾਫ ਵੀ ਅੱਜ ਵਿਰੋਧ ਕਰ ਰਹੇ ਹਾਂ। ਦੂਜਾ ਜਿਹੜਾ ਸਾਡੇ ਤੇ ਦਮਨ ਹੋਇਆ, ਸਾਡੇ ਵੀਰ ਜਿਹੜੇ ਸਰਹੱਦਾਂ ਤੇ ਬੈਠੇ ਆ, ਜਿਹੜੇ ਦਿੱਲੀ ਵੱਲ ਨੂੰ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਸੀ, ਉਹਨਾਂ ਨੂੰ ਰੋਕਿਆ ਗਿਆ। ਉੱਥੇ ਸਾਡਾ 21 ਸਾਲਾਂ ਦਾ ਸ਼ੁਭਕਰਨ, ਉਹ ਸਾਡਾ ਸ਼ਹੀਦ ਹੋ ਗਿਆ ਤੇ ਬਹੁਤ ਸਾਰੇ ਸਾਡੇ ਕਿਸਾਨ ਫੱਟੜ ਕੀਤੇ ਗਏ ਨੇ, ਟਰੈਕਟਰ ਭੰਨੇ ਗਏ ਨੇ। ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਵੀ ਫੌਰੀ ਤੌਰ ਤੇ 302-307 ਦੇ ਪਰਚੇ ਹਰਿਆਣਾ ਦੇ ਖੱਟਰ ਸਰਕਾਰ ਤੇ, ਹਰਿਆਣੇ ਦੇ ਮੁੱਖ ਮੰਤਰੀ ਦੇ ਵਾਏ ਨੇਮ, ਹਰਿਆਣੇ ਦੇ DC ਦੇ ਵਾਏ ਨੇਮ, ਹਰਿਆਣੇ ਦੇ ਗ੍ਰਹਿ ਮੰਤਰੀ ਦੇ ਵਾਏ ਨੇਮ ਪਰਚੇ ਹੋਣੇ ਚਾਹੀਦੇ ਆ। ਅਸੀਂ ਸ਼ਿਸ਼ਕਾਰ ਵੀ ਉਦੋਂ ਹੀ ਕਰਾਂਗੇ ਜਿੰਨਾ ਚਿਰ ਇਹ ਪਰਚੇ ਨਹੀਂ ਹੁੰਦੇ। ਪੰਜਾਬ ਸਰਕਾਰ ਢਿੱਲ ਮਿੱਠ ਕਰ ਰਹੀ ਹੈ, ਭਾਵੇਂ ਸਾਨੂੰ ਉਹਨੇ ਮੁਆਵਜ਼ਾ 1 ਕਰੋੜ ਰੁਪਇਆ ਕਿਸਾਨ ਨੂੰ ਦੇਣ ਦੀ ਗੱਲ ਕਹੀ ਆ, ਨੌਕਰੀ ਦੀ ਗੱਲ ਕਹੀ ਆ, ਪਰ ਸਾਨੂੰ ਮੁਆਵਜ਼ਾ ਤਾਂ ਅਸੀਂ ਇਕੱਠਾ ਕਰਕੇ ਵੀ ਦੇ ਦਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਸਾਨੂੰ ਸਿਰਫ
ਉਹਨਾਂ ਦੇ ਪਰਚੇ ਹੋਣ ਤੱਕ ਤੋਂ ਬਾਅਦ ਅਸੀਂ ਸ਼ਿਸ਼ਕਾਰ ਕਰਾਂਗੇ। ਕਿੰਨੀ ਦੇਰ ਤੱਕ ਕਿਸਾਨ ਖੇਤਾਂ ਤੋਂ ਨਿਕਲ ਕੇ ਟਰੈਕਟਰ ਹਾਈਵੇ ਤੇ ਲਿਜਾਂਦੇ ਰਹਿਣਗੇ? ਕੀ ਲੱਗਦਾ ਕੀ ਹੈ ਕਿ ਸਰਕਾਰਾਂ ਦੇ ਖਿਲਾਫ ਜਿਹੜਾ ਰੋਸ ਤੁਸੀਂ ਜਤਾ ਰਹੇ ਹੋ, ਆਉਣ ਵਾਲੇ ਦਿਨਾਂ 'ਚ ਘੱਟ ਹੋਵੇਗਾ ਕਿ ਜ਼ਿਆਦਾ ਵਧੇਗਾ? ਨਹੀਂ, ਜਿੰਨੀਆਂ ਵੀ ਸੈਂਟਰ ਸਰਕਾਰਾਂ ਆਈਆਂ ਨੇ ਉਹ ਸਾਰੀਆਂ ਕਿਸਾਨ ਵਿਰੋਧੀ ਤੇ ਖਾਸ ਕਰਕੇ ਪੰਜਾਬ ਵਿਰੋਧੀ ਹੋਈਆਂ ਨੇ, ਕਿਉਂਕਿ ਅਸੀਂ ਸਾਰੇ ਦੇਸ਼ ਦਾ ਢਿੱਡ ਭਰਿਆ, ਅੰਨਦਾਤਾ ਕਹਾਉਂਦੇ ਆ, ਸਾਨੂੰ ਕਹੀ ਜਾਂਦੇ ਆ, ਪਰ ਅੰਨਦਾਤੇ ਸੁਣਦਾ ਕੋਈ ਨਹੀਂ। ਜਿਹੜੀਆਂ ਸਬਸਿਡੀਆਂ ਦੀ ਗੱਲ ਅਕਵਾਲ ਨੇ ਕੀਤੀ ਆ, ਅਸੀਂ ਚਾਹੁੰਦੇ ਵੀ ਸਬਸਿਡੀ ਸਿੱਧੀ ਸਾਡੇ ਘਰ ਜਾਵੇ, ਸਾਡੇ ਤੱਕ ਤਾਂ ਪਹੁੰਚਦੀ ਨਹੀਂ ਸਬਸਿਡੀ, ਜਿਹੜੀਆਂ ਵੀ ਦਿੰਦੀਆਂ ਨੇ ਜਾਂ WTO ਦੇ ਅਸੀਂ ਪੂਰੀ ਐਂਟਰੀ ਆ 92 ਵਿੱਚ ਲੱਖੋਵਾਲ ਦੀ ਅਗਵਾਈ 'ਚ ਸਾਰਾ ਭਾਰਤ ਦੇ ਵਿੱਚੋਂ ਸਾਡੇ ਕੋਈ 50 ਮੈਂਬਰ ਬਾਹਰ ਦੇ ਸੂਬਿਆਂ 'ਚ 8 ਸੂਬਿਆਂ 'ਚ ਗਏ, 8 ਦੇਸ਼ਾਂ 'ਚ ਗਏ ਸੀ, ਉਹ ਇਸੇ ਦੇ ਅਪਰੋਚ ਵੀ ਅਸੀਂ WTO ਤੋਂ ਸਾਡਾ ਜਿਹੜਾ ਖੇਤੀਬਾੜੀ ਧੰਦਾ ਉਹ ਬਾਹਰ ਰੱਖੋ। ਇਹ ਬਰੀਫ ਕਰ ਹੀ ਦਿੱਤਾ ਲੱਖੋਵਾਲ ਸਾਹਿਬ ਨੇ, ਮੇਰਾ ਥੋੜ੍ਹੇ ਸ਼ਬਦਾਂ ਦੇ ਵਿੱਚ ਸਵਾਲ ਹੈ, ਇਹ ਟਰੈਕਟਰ ਇਸੇ ਤਰ੍ਹਾਂ ਹਾਈਵੇ ਤੇ ਖੜੇ ਕਰੋਗੇ ਕਿ ਹਾਈਵੇ ਨੂੰ ਜਾਮ ਵੀ ਕਰਨਾ ਅੱਗੇ ਜਾ ਕੇ, ਜਾਂ ਹਾਈਵੇ ਤੇ ਖੜੇ ਕਰਕੇ ਰੋਸ ਜਤਾਉਣਾ? ਨਹੀਂ, ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ, ਅਸੀਂ ਕੋਈ ਜਾਮ ਕਰਕੇ, ਕਿਉਂਕਿ ਲੋਕਾਂ ਨੇ ਕਿਸੇ ਨੇ ਕੰਮ ਜਾਣਾ ਹੁੰਦਾ ਉਹਦੇ ਕਰਕੇ, ਸਿਰਫ ਸਾਡਾ ਰੋਸ ਆ ਇੱਕ ਸਰਕਾਰ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਟਰੈਕਟਰ ਵੀ ਆਹ ਟਰੈਕਟਰ ਬਾਹਰ ਆ ਗਏ ਨੇ, ਤੇ ਦੂਸਰਾ ਅਸੀਂ 14 ਮਾਰਚ ਨੂੰ ਦਿੱਲੀ 'ਚ ਵੀ ਪਹੁੰਚਾਂਗੇ, ਦਿੱਲੀ 'ਚ ਅਸੀਂ ਟਰੈਕਟਰ ਨਹੀਂ ਲੈ ਕੇ ਜਾਵਾਂਗੇ, ਕਿ ਸਰਕਾਰ ਨੇ ਜਾਂ ਹਾਈਕੋਰਟ ਨੇ ਜਾਂ ਸੁਪਰੀਮ ਕੋਰਟ ਤੋਂ ਕਹਾ ਲਿਆ ਇਹਨਾਂ ਨੇ ਵੀ ਟਰੈਕਟਰ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਬੱਸਾਂ ਗੱਡੀਆਂ ਰੇਲਵੇ ਤੇ 13 ਤਰੀਕ ਰਾਤ ਨੂੰ ਅਸੀਂ ਪਹੁੰਚ ਜਾਵਾਂਗੇ ਦਿੱਲੀ, 14 ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਲੱਖਾਂ ਕਿਸਾਨ, ਇਕੱਲੇ ਪੰਜਾਬ 'ਚੋਂ ਨਹੀਂ ਯੂਪੀ ਹਰਿਆਣੇ ਦੇ ਵਿੱਚੋਂ ਲੱਖਾਂ ਕਿਸਾਨ ਉੱਥੇ ਪਹੁੰਚ ਕੇ ਇਹ ਸਰਕਾਰ ਨੂੰ, 14 ਮਾਰਚ ਨੂੰ ਲੱਖਾਂ ਕਿਸਾਨ ਦਿੱਲੀ ਦੇ ਦ੍ਰਿਸ਼ੀ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚਣਗੇ, ਔਰ ਉਸ ਵੇਲੇ ਵੀ ਇਹ ਰੋਸ ਵੇਖਣ ਨੂੰ ਮਿਲੇਗਾ। ਪਹਿਲੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਕਿ ਇਹ ਜਿਹੜਾ ਟਰੈਕਟਰ ਦੀਆਂ ਲਾਈਨਾਂ ਨੇ, ਇਹ ਕਤਾਰਾਂ ਨੇ, ਇਹ ਦਿਖਾਉਣੀਆਂ ਜ਼ਰੂਰੀ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਜੱਦੋਜਹਿਦ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ, ਅੱਜ ਇਹ ਹੱਲਾ ਬੋਲਿਆ ਜਾ ਰਿਹਾ ਕਿਸਾਨਾਂ ਵੱਲੋਂ, ਟਰੈਕਟਰਾਂ ਤੇ ਸਵਾਰ ਹੋ ਕੇ ਇਹ ਕਿਸਾਨ ਇਸੇ ਤਰ੍ਹਾਂ ਹਾਈਵੇ ਦੇ ਇੱਕ ਪਾਸੇ ਟਰੈਕਟਰ ਖੜੇ ਕਰਕੇ ਰੋਸ ਜਤਾਉਣਗੇ, ਔਰ ਇਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਨੇ ਸਾਰੇ ਲੁਧਿਆਣਾ ਦੇ ਕੁਹਾੜਾ ਚੌਂਕ ਦੇ ਕੋਲ ਖੜੇ ਨੇ, ਜਿਹੜਾ ਚੰਡੀਗੜ੍ਹ ਹਾਈਵੇ ਨੂੰ, ਇਹ ਪੂਰਾ ਹਾਈਵੇ ਹੈ ਜਿਹੜਾ ਚੰਡੀਗੜ੍ਹ ਨੂੰ ਜੁੜਦਾ, ਔਰ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਇਹ ਕਿਹਾ ਜਾ ਰਿਹਾ ਕਿ ਰਾਮਲੀਲਾ ਗਰਾਊਂਡ ਜਿਹੜਾ ਹੈ ਦਿੱਲੀ ਦੇ ਵਿੱਚ, ਉੱਥੋਂ ਤੱਕ ਟਰੈਕਟਰਾਂ ਦੇ ਜ਼ਰੀਏ 14 ਮਾਰਚ ਨੂੰ ਪਹੁੰਚਣਗੇ, ਔਰ ਸਰਕਾਰ ਦੇ ਖਿਲਾਫ ਇੱਕ ਵਾਰ ਫਿਰ ਹੱਲਾ ਬੋਲਿਆ ਜਾਵੇਗਾ। ਮੈਂ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਇਹਨਾਂ ਕਿਸਾਨਾਂ ਦੀਆਂ ਤਸਵੀਰਾਂ ਲੈ ਕੇ, ਇਹ ਜਿੰਨੇ ਵੀ ਅੱਜ ਮਾਰਚ ਨਿਕਲ ਰਹੇ ਨੇ ਇਹਨਾਂ ਮਾਰਚ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਹਾਂਗੇ। ਮੇਰਾ ਕੈਮਰਾਮੈਨ ਗੁਰਦੇਵ ਦੇ ਨਾਲ, ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਇਹਨਾਂ ਤਸਵੀਰਾਂ ਦੇ ਨਾਲ ਛੱਡ